ਮੈਂ ਕਿਹਾ ਫੌਜੀ ਨਮਸਤੇ ਜੀ। ਨਮਸਤੇ ਬਾਈ ਨਮਸਤੇ, ਤੂੰ ਕੌਣ ਆ? ਮੈਂ ਜੀ ਤੁਹਾਡੇ ਨੁਕਾ ਲੱਗਣ ਵਾਸਤੇ ਆਇਆ ਜੀ। ਤੁਸੀਂ ਅਖਵਾਤ ਕਰਾਇਆ ਸੀ ਜੀ। ਅੱਛਾ ਇਹ ਦੱਸ ਤੇਰਾ ਨਾਂ ਕੀ ਆ? ਮੇਰਾ ਨਾਂ ਜੀ ਦੌਲਾ। ਬਈ ਤੇਰਾ ਨਾਂ ਤਾਂ ਬਹੁਤ ਹੀ ਵਧੀਆ। ਫਿਰ ਐਂ ਕਰੋ ਜੀ, ਇਹ ਨਾਂ ਤੁਸੀਂ ਰੱਖ ਲਓ, ਮੈਂ ਇੱਕ ਹੋਰ ਰੱਖ ਲੈਂਦਾ ਜੀ। ਚੱਲ ਛੱਡ ਇਸ ਗੱਲ ਨੂੰ। ਹਾਂ ਜੀ, ਤੈਨੂੰ ਨੌਕਰੀ ਤਾਂ ਦੇ ਦਿਆਂਗੇ। ਅੱਛਾ ਜੀ, ਮਗਰ ਸਾਨੂੰ ਨੌਕਰ ਉਹ ਚਾਹੀਦਾ ਜਿਹੜਾ ਦੂਰ ਅੰਦੇਸ਼ ਦੀ ਸੋਚ। ਉਹ ਮੈਂ ਤਾਂ ਜੀ ਬੜਾ ਦੂਰ ਅੰਦੇਸ਼ ਹੈ ਜੀ। ਇਹ ਪਰ ਦੂਰ ਅੰਦੇਸ਼ ਦਾ ਮਤਲਬ ਕੀ ਹੁੰਦਾ ਹੈ ਜੀ? ਜਿਹੜਾ ਦੂਰ ਦੀ ਸੋਚੇ। ਉਹ ਤਾਂ ਜੀ ਛੱਡ ਦਿਓ ਤੁਸੀਂ ਗੱਲਾਂ ਜੀ, ਮੈਂ ਦੱਸਦਾ। ਉਹ ਤਾਂ ਜੀ ਮੈਂ ਬਹੁਤ ਦੂਰ ਦੂਰ ਦੀਆਂ ਸੋਚ ਲੈਂਦਾ। ਇੱਥੇ ਬੈਠਾ ਬੈਠਾ ਨਾ ਜੀ ਮੈਂ ਉਹਦੇ ਪਿੰਡ ਦੀਆਂ ਗੱਲਾਂ ਸੋਚੀ ਜਾਂਦਾ ਜੀ। ਵੱਡੇ ਲਾਲਾ ਜੀ ਬਿਮਾਰ ਹੋ ਗਏ ਜਾਂ ਨੱਠ ਕੇ ਜਾ ਡਾਕਟਰ ਨੂੰ ਬੁਲਾ ਲਿਆ। ਡਾਕਟਰ ਨੂੰ ਜੀ ਬੁਲਾ ਲਿਆ ਜੀ, ਇਹੋ ਜਿਹਾ ਕੋਈ ਗੱਲ ਨਹੀਂ ਜੀ। ਜਲਦੀ ਜਾ ਜਲਦੀ। ਲਾ ਜੀ ਆਪਣਾ ਜੀ ਡਾਕਟਰ ਸਾਹਿਬ ਆ ਗਏ ਜੀ। ਚਲ ਇਹਨਾਂ ਨੂੰ ਅੰਦਰ ਭੇਜ। ਡਾਕਟਰ ਸਾਹਿਬ ਤੁਸੀਂ ਅੰਦਰ ਚਲੋ ਜੀ, ਬੁੜੇ ਦਾ ਖਿਆਲ ਕਰੋ। ਅੱਛਾ ਦੌਲਿਆ ਇਹ ਦੱਸ ਇਹ ਬੰਦਾ ਕਿਉਂ ਲਿਆਂਦਾ ਤੂੰ? ਇਹ ਤਾਂ ਜੀ ਤੁਸੀਂ ਆਪ ਵੀ ਕਿਹਾ ਸੀ, ਮੈਂ ਕਿਹਾ ਬਾਈ ਚਾਂਸ ਡਾਕਟਰ ਤੋਂ ਬੁੜਾ ਠੀਕ ਨਾ ਹੋਇਆ ਤਾਂ ਮੈਂ ਨਾਲ ਵੈਦ ਲੈ ਕੇ ਆਇਆ ਜੀ। ਗੱਲ ਕਰਦੀ ਜੀ ਤੁਸੀਂ ਤੋਲਿਆ, ਹਰ ਵੇਲੇ ਆਪਣੇ ਮਨ ਮਰਜ਼ੀ ਵੀ ਕਰੀ ਜਾਂਦਾ। ਹਾਂਜੀ ਚਲ ਇਹਨੂੰ ਅੰਦਰ ਭੇਜ। ਚਲੋ ਜੀ ਵੈਦ ਜੀ ਅੰਦਰ ਜਾ ਕੇ ਬੈਠੋ, ਸ਼ਾਇਦ ਤੁਹਾਡੀ ਵਾਰੀ ਆਈ ਜਾਵੇ ਜੀ। ਹਾਂਜੀ ਅੱਛਾ ਮੈਨੂੰ ਇਹ ਸਮਝ ਨਹੀਂ ਆਈ। ਹਾਂਜੀ ਇਹ ਚਾਰ ਬੰਦੇ ਕਿਸ ਕਰਕੇ ਲਿਆਂਦੇ ਆ? ਇਹ ਤਾਂ ਮੈਂ ਤਾਂ ਲਿਆਂਦੇ ਆ ਜੀ, ਬਾਈ ਚਾਂਸ ਵੈਦ ਤੋਂ ਵੀ ਬੁੜਾ ਠੀਕ ਨਾ ਹੋਇਆ ਜੀ ਤੇ ਬੁੜਾ ਗਿਆ ਮਰ ਜੀ ਤੇ ਲਾਸ਼ ਨੂੰ ਕੌਣ ਚੱਕੂਗਾ ਜੀ? ਉਹ ਫਿਰ ਇਹੀ ਚੱਕਣਗੇ ਜੀ, ਮੈਂ ਕੋਈ ਲਾਸ਼ਾਂ ਚੱਕਣ ਦਾ ਨਹੀਂ ਆਇਆ ਜੀ ਇੱਥੇ। ਕਮਾਲ ਗੱਲ ਕਰੀ ਜਾਂਦੇ ਹੋ ਜੀ, ਉਹਦਾ ਰੌਲਾ ਪੈ ਗਿਆ ਜੀ। ਕਾਹਦਾ ਰੌਲਾ ਪੈ ਗਿਆ? ਉਹ ਰੌਲਾ ਪੈ ਗਿਆ, ਮੈਂ ਕਿਹਾ ਭਾਈ ਗੱਲ ਸੁਣੋ, ਇੱਕ ਮੈਂ ਕਿਹਾ ਲਾਸ਼ ਚੱਕਣੀ ਹੈ, ਪਹਿਲਾਂ ਸਾਰੇ ਬੋਲਣ ਦਾ ਨਾ ਹੀ ਨਾ ਲੈਣ। ਉਹ ਮੈਂ ਕਿਹਾ ਸਾਲ ਪੈਸੇ ਦੇਵਾਂਗੇ, ਤੁਸੀਂ ਰੇਟ ਤਾਂ ਸੁਆਦ ਹੈ, ਗੱਲ ਤਾਂ ਕੋਈ ਨਹੀਂ ਆਇਆ ਜੀ। ਮੈਨੂੰ ਕਹਿੰਦੇ ਸੁਣ ਲਓ ਭਾਈ ਗੱਲ ਸੁਣ ਲਓ, ਜੇ ਕਹਿੰਦੇ ਬੁੜੇ ਦਾ ਭਾਰ ਹੋਇਆ 100 ਕਿਲੋ ਫਿਰ ਤਾਂ ਲਵਾਂਗੇ 100 ਰੁਪਇਆ, ਤੇ ਜੇ 100 ਕਿਲੋ ਤੋਂ ਮੜ ਜਾਵੇ ਵੱਧ ਹੋਇਆ ਤਾਂ 2000 ਰੁਪਇਆ ਲਵਾਂਗੇ ਕਹਿੰਦੇ। ਮਗਰ ਤੌਲਿਆ ਆਪਣੇ ਲਾਲਾ ਜੀ ਦਾ ਭਾਰ ਤਾਂ 1-2 ਕਿਲੋ ਜ਼ਿਆਦਾ ਹੀ ਹੋਣਾ 100 ਤੋਂ। ਉਹ ਫਿਰ ਐਂ ਕਰਾਂਗੇ ਜੀ, ਗੰਡਾਸੇ ਨਾਲ ਬਾਹ ਫੜ ਕੇ ਮੈਂ ਲੈ ਚੱਲੂੰਗਾ ਜੀ। ਇਹੀ ਤਾਂ ਕੋਈ ਗੱਲ ਨਹੀਂ ਜੀ, ਇਹਨਾਂ ਭਾਰ ਤਾਂ ਮੈਂ ਚੱਕ ਸਕਦਾ ਬਾਹ ਬੂਤਾ ਜੀ। ਹਾਂਜੀ ਇਹ ਦੱਸ ਮੈਨੂੰ ਜਿਹੜਾ ਇਹ ਬੰਦਾ ਖੜਾ ਹੈ ਇਹ ਕਿਸ ਕਰਕੇ ਬੁਲਾਇਆ? ਕਮਾਲ ਗੱਲ ਕਰਦੇ ਹੋ ਜੀ, ਹੁਣ ਬੁੜਾ ਫੁਕਣਾ ਨਹੀਂ ਜੀ, ਲੱਕੜਾਂ ਲੈ ਕੇ ਆਇਆ ਜੀ, ਲੱਕੜਾਂ ਲਵੂਗਾ ਜੀ। ਉੱਥੇ ਰੌਲਾ ਪੈ ਗਿਆ ਜੀ। ਕਾਹਦਾ ਰੌਲਾ ਪੈ ਗਿਆ? ਮੈਂ ਕਿਹਾ ਭਾਈ ਲੱਕੜਾਂ ਦਾ ਕੀ ਭਾਈ, ਬੁੜਾ ਫੁਕਣਾ ਹੈ। ਕਹਿੰਦੇ ਬੁੜਾ ਫੁਕਣਾ, ਤੇ ਮੈਂ ਕਿਹਾ ਹੋਰ ਤੁਸੀਂ ਫੁਕਣੇ ਹੋ, ਬੁੜਾ ਫੁਕਣਾ। ਕਹਿੰਦਾ ਵੀ ਗਿੱਲੀਆਂ ਲੱਕੜਾਂ ਦਾ ਭਾਅ ਤਾਂ 5 ਰੁਪਏ ਮਣ ਤੇ ਸੁੱਕੀਆਂ ਲੱਕੜਾਂ ਦਾ ਭਾਅ 15 ਰੁਪਏ ਮਣ। ਮੈਂ ਕਿਹਾ ਸੋਚਿਆ, ਮੈਂ ਕਿਹਾ ਜੇ ਸੁੱਕੀਆਂ ਲੱਕੜਾਂ ਲੈ ਲਈਆਂ ਤੇ ਬੁੜੇ ਦੀਆਂ ਮੈਂ ਕਿਹਾ ਹੱਡੀਆਂ ਮੈਂ ਕੁੱਤੇ ਵੇਲੇ ਚੱਕੀ। ਮੈਂ ਇਹ ਸੱਚੀ ਗੱਲ ਦੱਸਦਾ ਜੀ ਮੈਂ, ਤੇ ਜੇ ਮੈਂ ਸੁੱਕੀਆਂ ਲੈ ਗਿਆ ਤਾਂ ਮੈਂ ਲਾਲਾ ਜੀ ਕਹਿਣਗੇ ਬੇਵਕੂਫ ਨੌਕਰ ਆ ਗਏ ਜੀ, ਅੱਧੀਆਂ ਸੁੱਕੀਆਂ ਪਵਾ ਲਿਆ ਜੀ, ਅੱਧੀਆਂ ਗਿੱਲੀਆਂ ਪਵਾ ਲਿਆ ਜੀ ਮੈਂ। ਹਾਂਜੀ ਐ ਲਿਆ ਜੀ ਮੈਂ। ਅੱਛਾ ਮੈਨੂੰ ਇਹ ਦੱਸ, ਹਾਂਜੀ ਇਹ 4-5 ਬੰਦੇ ਕਿਸ ਕਰਕੇ ਤੂੰ ਲਾਇਆ? ਇਹ ਜੀ ਬਾਜੇ ਵਾਲੇ ਬੁੜੇ ਭਗਵਾਨ ਨਹੀਂ ਕੱਢਣਾ ਜੀ, ਕਮਾਲ ਦੀ ਗੱਲ ਕਰੀ ਹੈ। ਉੱਥੇ ਰੌਲਾ ਪੈ ਗਿਆ ਜੀ ਪੂਰਾ। ਇਹਨਾਂ ਨਾਲ ਤੇਰਾ ਕਾਹਦਾ ਰੌਲਾ ਪੈ ਗਿਆ? ਮੈਂ ਗਿਆ ਜੀ ਉੱਥੇ, ਦੀ ਗੱਲ ਸੁਣ ਲੈ ਲਈ ਹੈ ਜੀ। ਮੈਂ ਗਿਆ ਉਹ, ਮੈਂ ਕਿਹਾ ਭਾਈ ਬੁੜਾ ਮਰਨ ਵਾਲਾ, ਗੱਲ ਸੁਣ ਮੇਰੀ, ਉਹ ਸਾਲੇ ਪੀਪ ਨਹੀਂ ਵਜਾਈ ਜਾਣ। ਮੈਂ ਕਮਾਲ ਦੇ ਬੰਦੇ ਹੋ ਯਾਰ, ਬੁੜਾ ਮਰਨ ਵਾਲਾ ਪਿਆ ਤੇ ਤੁਸੀਂ ਹਲੇ ਪੀਪ ਨਹੀਂ ਵਜਾਈ ਜਾਂਦੇ ਹੋ? ਤੁਸੀਂ ਮੈਂ ਕਿਹਾ ਆਪਦਾ ਰੇਟ ਦੱਸੋ, ਕੋਈ ਇਹੋ ਜਿਹੀ ਗੱਲ ਨਹੀਂ ਮੈਂ ਦੱਸਦਾ। ਕਹਿੰਦੇ ਜੀ ਹਾਂ ਰੇਟ ਸੁਣ ਲਓ। ਮੈਂ ਦੱਸੋ ਵੀ ਕੀ ਰੇਟ ਹੈ? ਕਹਿੰਦੇ ਰੇਟ ਸਾਡਾ ਜੀ ਵੀ ਜੇ ਅਸੀਂ ਪੂਰੀ ਵਰਦੀ ਪਾ ਕੇ ਜਾਵਾਂਗੇ ਫਿਰ ਤਾਂ ਲਵਾਂਗੇ ਜੀ 50 ਰੁਪਏ ਬੰਦਾ, ਤੇ ਜੇ ਅਸੀਂ ਆਮ ਹੀ ਕੱਪੜਿਆਂ 'ਚ ਪਾਵਾਂਗੇ ਫਿਰ ਅਸੀਂ ਲਵਾਂਗੇ ਜੀ 25 ਰੁਪਏ ਬੰਦਾ। ਮੈਂ ਨਿਕਲਿਆ ਸਿਆਣਾ, ਮੈਂ ਕਿਹਾ ਤੁਸੀਂ ਕੱਛਾ ਪਾ ਕੇ ਆਜੋ, 5 ਰੁਪਏ ਬੰਦਾ ਲੈ ਲਿਓ। ਹਾਂਜੀ ਮੈਂ ਕਿਹਾ ਜੀ ਬੁੜਾ ਸੋਡਾ ਮਰਿਆ, ਮੇਰਾ ਤਾਂ ਨਹੀਂ ਮਰਿਆ ਜੀ, ਕਮਾਲ ਆਓ ਚੱਲੀਏ।